ਤਿਖੋ ਉਹਨਾਂ ਦਾ ਅਕਾਲੀਆਂ ਦਾ ਤਾਂ ਸਟੈਂਡ ਹੀ ਕੋਈ ਨਹੀਂ ਹੈਗਾ ਉਹਨਾਂ ਨੇ ਤਾਂ ਅਕਾਲੀ ਸ਼ਬਦ ਨੂੰ ਪਲੀਤ ਕਰ ਦਿੱਤਾ ਉਹਨਾਂ ਨੇ ਅਕਾਲੀ ਸ਼ਬਦ ਦੇ ਉੱਤੇ ਕਾਲਕ ਪੋ ਦਿੱਤੀ ਆਪਣੇ ਚੰਦ ਛਿਲੜਾ ਆਪਣੇ ਘਰ ਕੋਠੇ ਭਰਨ ਵਾਸਤੇ ਜੇ ਉਹ ਲੋਕ ਕਿਤੇ ਸਤਰਕ ਹੁੰਦੇ ਉਹ ਲੋਕ ਇਮਾਨਦਾਰੀ ਨਾਲ ਸਟੇਟ ਦੀ ਸੇਵਾ ਕਰਦੇ ਤੇ ਪੰਜ ਵਾਰੀ ਦਾ ਮੁੱਖ ਮੰਤਰੀ ਜਿਹਨੂੰ ਅੱਜ ਲੋਕ ਮੂੰਹ ਤੇ ਵੀ ਮਾੜਾ ਬੋਲਦੇ ਆ ਜੇ ਚੰਗੇ ਕੰਮ ਕੀਤੇ ਹੁੰਦੇ ਤੇ ਹੋ ਸਕਦਾ ਨੈਲਸਨ ਮੰਡੇਲਾ ਬਣ ਜਾਂਦਾ ਕੌਮ ਦਾ ਉਹ ਲੋਕ ਜਿਹੜੇ ਗਰਗਟੰਗੂ ਰੰਗ ਬਦਲਣਾ ਜਾਣਦੇ ਆ ਜਿਹੜੇ ਖੇਤੀ ਸੁਧਾਰਾਂ ਦੇ ਆਰਡੀਨੈਂਸ ਜਦੋਂ ਕੈਬਨਿਟ ਦੇ ਵਿੱਚ ਆਉਣ ਤੇ ਉਹਨਾਂ ਦੀ ਭੈਣ ਕਰੇ ਸਾਈਨ ਤੇ ਜਦੋਂ ਲੋਕਾਂ ਦਾ ਹੋ ਜੇ ਪੰਜਾਬ ਦੇ ਅੰਦਰ ਵਿਰੋਧ ਤੇ ਫਿਰ ਉਹ ਥੁੱਕ ਕੇ ਝਟ ਲੈਣ ਉਹਨਾਂ ਲੋਕਾਂ ਦੀ ਫਿਤਰਤ ਨੂੰ ਪੰਜਾਬੀ ਪੂਰੀ ਦੁਨੀਆ 'ਚ ਵਾਸਤੇ ਸਮਝ ਚੁੱਕੇ ਬੀਜੇਪੀ ਦਾ ਇੱਕ ਇੱਕੋ ਇੱਕ ਜਿਹੜਾ ਇੱਕ ਨੁਕਾਤੀ ਪ੍ਰੋਗਰਾਮ ਆ ਕਿ ਇਸ ਅੰਦੋਲਨ ਨੂੰ ਠੰਡਿਆ ਕਿਵੇਂ ਕਰਨਾ ਕਿਸਾਨ ਪਹਿਲਾਂ ਸੱਦੇ ਉਹਨਾਂ ਨੇ ਪਹਿਲਾਂ ਸੱਦ ਕੇ ਇੱਕ ਸਖਤਰ ਲੈਵਲ ਦਾ ਅਫਸਰ ਕਿਸਾਨ ਲੀਡਰਾਂ ਦੀ ਬੇਇੱਜ਼ਤੀ ਕਰਨ ਵਾਸਤੇ ਦੇਸ਼ ਦੇ ਅੰਦਾਜ਼ੇ ਦੀ ਬੇਇੱਜ਼ਤੀ ਕਰਨ ਵਾਸਤੇ ਤੇ ਫਿਰ ਉਹਨਾਂ ਨੇ ਹੁਣ ਦੁਬਾਰਾ ਮੀਟਿੰਗ ਦਾ ਢੋਂਗ ਰਚ ਲਿਆ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਰੂਰਲ ਡਿਵੈਲਪਮੈਂਟ ਫੰਡ ਬੰਦ ਕਰ ਦਿੱਤਾ ਜੀਐਸਟੀ ਰੋਕ ਲਿਆ ਇੱਕ ਪ੍ਰੈਸ਼ਰਾਈਜ਼ ਕਰਨ ਵਾਸਤੇ ਕਿਸਾਨ ਫਿਰ ਦੁਬਾਰਾ ਸੱਦ ਲਏ ਕਿਸਾਨ ਸਮਝਦਾਰੀ ਦੇ ਨਾਲ ਕਿ ਲੋਕਾਂ ਦੇ ਵਿੱਚ ਇਹ ਪ੍ਰਭਾਵਨਾ ਪ੍ਰਭਾਵਨਾ ਨਾ ਜਾਵੇ ਕਿ ਕਿਸਾਨ ਕਿਤੇ ਟੇਬਲ ਦੇ ਜ਼ਰੀਏ ਗੱਲ ਨਹੀਂ ਹਲ ਗੱਲਬਾਤ ਦੇ ਜ਼ਰੀਏ ਹੱਲ ਨਹੀਂ ਕੱਢਣਾ ਚਾਹੁੰਦਾ ਪਰ ਅਫਸੋਸ ਹੋਇਆ ਕਿ ਉਹ ਮੀਟਿੰਗ ਬੇਸਟਾ ਰਹੀ ਬੇਨਤੀਜਾ ਰਹੀ ਕੋਈ ਉਹਦਾ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਬੀਜੇਪੀ ਦਾ ਇੱਕ ਨੁਕਾਤੀ ਪ੍ਰੋਗਰਾਮ ਕੀ ਇਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਿਸ ਤਰੀਕੇ ਕਰਨਾ ਪਰ ਬੀਜੇਪੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦਾ ਕਿਸਾਨ ਤੇ ਦੇਸ਼ ਦਾ ਕਿਸਾਨ ਅੱਜ ਯੂਨਾਈਟ ਹੋ ਕੇ ਜਿੰਨੀ ਦੇਰ ਤੱਕ ਬੀਜੇਪੀ ਖੇਤੀ ਸੁਧਾਰ ਕਾਨੂੰਨ ਡ੍ਰੌਪ ਨਹੀਂ ਕਰਦੀ ਰੱਦ ਨਹੀਂ ਕਰਦੀ ਇਹ ਅੰਦੋਲਨ ਦਿਨੋਂ ਦਿਨ ਹੋਰ ਤੇਜ਼ ਹੋਏਗਾ ਆਰਾ ਨੂੰ ਮੀਟਿੰਗ ਬੁਲਾਈ ਗਈ ਜੀ 26 ਨੂੰ ਜਿਹੜਾ ਹੈਗਾ ਕਿਸਾਨਾਂ ਦਾ ਪ੍ਰੋਟੈਸਟ ਜਿਹੜਾ ਹੋਏਗਾ ਦਿੱਲੀ ਦਾ ਤੇ ਦਿੱਲੀ ਦਾ ਹੋਣਾ ਹੈ ਦਿੱਲੀ ਨੂੰ ਇਹ ਜਿਹੜੀ ਮੀਟਿੰਗ ਪਹਿਲਾਂ ਰੱਖੀ ਗਈ ਆ ਇਹ ਮੀਟਿੰਗ ਵੀ ਜਿਹੜਾ ਕਿਸਾਨਾਂ ਦਾ ਦਿੱਲੀ ਦੇ ਅੰਦਰ ਦੇਸ਼ ਭਰ ਦੇ ਕਿਸਾਨਾਂ ਦਾ ਦਿੱਲੀ ਦੇ ਅੰਦਰ ਪ੍ਰੋਟੈਸਟ ਆ ਉਸ ਪ੍ਰੋਟੈਸਟ ਨੂੰ ਕਮਜ਼ੋਰ ਕਰਨ ਵਾਸਤੇ ਉਸ ਪ੍ਰੋਟੈਸਟ ਨੂੰ ਵੀਕ ਕਰਨ ਵਾਸਤੇ ਇਹ ਢੰਗ ਤਰੀਕੇ ਭਾਜਪੀ ਦੇ ਲੀਡਰ ਤੇ ਭਾਜਪੀ ਦੀ ਸਰਕਾਰ ਕੱਟ ਰਹੀ ਹੈ ਸੂਝਵਾਨ ਬੜਿਆ ਜਿਹੜੇ 31 ਜਥੇਬੰਦੀਆਂ ਦੇ ਕਿਸਾਨ ਆਗੂ ਸਬਾਨ ਇੱਕ ਐਕਸ਼ਨ ਕਮੇਟੀ ਦੇ ਰੂਪ ਚ ਇਕੱਠੇ ਹੋਏ ਬਹੁਤ ਸਮਝਦਾਰੀ ਦੇ ਨਾਲ ਉਹ ਇਹ ਸੈਜੀਟੇਸ਼ਨ ਨੂੰ ਚਲਾ ਰਹੇ ਐਜੀਟੇਸ਼ਨ ਦੀ ਪ੍ਰਾਪਤੀ ਹੋਏਗੀ ਹੋਏਗੀ ਮੋਦੀ ਦੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਰੱਦ ਕਰਨਾ ਹੀ ਪੈਣਾ ਹੈ